ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਮਾਈ ਵਲੋਗਿੰਗ ਚੈਨਲ। ਹੋਪ ਕਰਦਾ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਅਤੇ ਅੱਜ ਦੇ ਵਲੋਗ ਦੀ ਆਪਾਂ ਸਟਾਰਟਿੰਗ ਕਰਦੇ ਹਾਂ। ਅਤੇ ਵਲੋਗ ਜਿਵੇਂ ਮੈਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇੱਕ ਸਰਪ੍ਰਾਈਜ਼ ਆ ਰਿਹਾ ਵਾ, ਕਿ ਉਹ ਕੀ ਸਰਪ੍ਰਾਈਜ਼ ਆ ਉਹ ਤੁਹਾਨੂੰ ਇਸ ਵਲੋਗ 'ਚ ਪਤਾ ਲੱਗ ਜੂਗਾ। ਅਤੇ ਬਾਕੀ ਹੁਣ ਮੈਂ ਚੱਲਿਆ ਸੀ ਕੇਕ ਲੈਣ, ਅਤੇ ਘਰ ਥੋੜ੍ਹੀ ਬਹੁਤੀ ਡੈਕੋਰੇਸ਼ਨ ਜੋ ਕਰੀ ਸੀਗੀ ਉਹਦੀਆਂ ਕਲਿਪਸ ਮੈਂ ਅੱਗੇ ਐਡ ਕਰਦਾ ਵਾਂ, ਤੁਸੀਂ ਇੰਨਾ ਇੰਜੋਏ ਕਰੋ। ਅਤੇ ਬਾਕੀ ਪ੍ਰੋਬਲਮਸ ਬਹੁਤ ਸਾਰੀਆਂ ਆਈਆਂ, ਕੀ ਕੀ ਪ੍ਰੋਬਲਮ ਆਈਆਂ ਉਹ ਵੀ ਮੈਂ ਤੁਹਾਨੂੰ ਦੱਸੂਗਾ। ਅਤੇ ਸਾਰਾ ਕੁਝ ਵੇਖਦੇ ਰਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਇੰਸਟਾਗ੍ਰਾਮ 'ਤੇ ਮੈਨੂੰ ਫੋਲੋ ਕਰ ਲਓ। ਇੱਧਰ ਸਕਰੀਨਸ਼ੋਟ ਵੀ ਆ ਰਿਹਾ ਹੋਣਾ, ਮੈਂ ਐਡ ਕਰ ਦਾਂਗਾ ਕਿਤੇ ਸਕਰੀਨ 'ਤੇ, ਤੁਹਾਨੂੰ ਦਿਖ ਰਿਹਾ ਹੋਣਾ ਇੰਸਟਾਗ੍ਰਾਮ ਦਾ, ਅਤੇ ਉੱਥੇ ਫੋਲੋ ਕਰ ਲਿਓ। ਬਾਕੀ ਹੁਣ ਚੱਲਦੇ ਹਾਂ, ਮੈਂ ਚੱਲਿਆ ਕੇਕ ਲੈਣ, ਅਤੇ ਤੁਸੀਂ ਨਾ ਕਲਿਪਸ ਇੰਜੋਏ ਕਰੋ, ਫਿਰ ਮਿਲਦੇ ਹਾਂ। ਤੋ ਜੀ, ਅੱਜ ਹੈਗੀ ਆ ਡੇਟ 5 ਜਨਵਰੀ, ਅਤੇ ਪਰਸੋਂ ਦੀਦੀ ਨੇ ਆ ਜਾਣਾ ਵਾ। ਡੈਕੋਰੇਸ਼ਨ ਦਾ ਸਮਾਨ ਲੈ ਕੇ ਆ ਗਏ ਸੀ, ਅੱਧੇ ਗੁਬਾਰੇ ਫੈਲਾ ਲਏ ਅਤੇ ਅੱਧੇ ਹਲੇ ਰਹਿੰਦੇ ਨੇ। ਅਤੇ ਇਹ ਵਾਲੀ ਵਾਲ ਡੈਕੋਰੇਟ ਹੋ ਜਾਣੀ ਹੈ, ਇਹਦੀ ਦੀਦੀ ਫੋਟੋ ਦੇਖਦੇ ਹਾਂ ਇੱਥੇ ਲਾਉਣੀ ਹੈ ਜਾਂ ਨਹੀਂ। ਬਾਕੀ ਇਹ ਸਾਰੀ ਵਾਲ ਡੈਕੋਰੇਟ ਕਰਨੀ ਹੈ, ਅਤੇ ਬਸ ਫਿਰ ਡੈਕੋਰੇਸ਼ਨ ਕਰਕੇ ਦੀਦੀ ਨੂੰ ਲੈਣ ਚੱਲਾਂਗੇ, ਅਤੇ ਅੱਗੇ ਤੁਹਾਨੂੰ ਦਿਖਾਵਾਂਗੇ। ਲਓ ਜੀ, ਬੈਲੂਨਸ ਲੱਗਣੇ ਰਹਿ ਗਏ, ਬਸ ਬੈਲੂਨ ਲੱਗਿਆ ਲਾਉਣ। ਅਤੇ ਵੈਲਕਮ ਟੂ ਹੋਮ। ਲਓ ਜੀ, ਤਿਆਰ ਹੋ ਗਿਆ, ਰੈਡੀ ਹੋ ਗਿਆ ਸਾਰਾ, ਅਤੇ ਬਸ ਕੱਲ੍ਹ ਦੀ ਵੇਟ ਆ, ਕੱਲ੍ਹ ਨੂੰ ਆਪਾਂ ਚਲੇ ਜਾਣਾ ਲੈਣ ਏਅਰਪੋਰਟ। ਬਾਕੀ ਸਾਡਾ ਸਾਰਾ ਡੈਕੋਰੇਸ਼ਨਸ ਰੈਡੀ ਨੇ, ਚੈੱਕ ਕਰੋ। ਬਾਏ ਦੀਦੀ। ਬਾਏ, ਸੀ ਯੂ ਗਾਈਸ। ਇਹ ਆਪਣੇ ਪੱਕੇ ਕੈਨੇਡਾ ਵਾਲੇ ਇੰਡੀਆ ਜਾ ਰਹੇ ਨੇ। ਬਾਏ ਭਾਜੀ। ਹਾਂ, ਬਾਏ ਦੀਦੀ। ਬਾਏ ਭਾਜੀ। ਭਾਜੀ ਲਓ ਜੀ, ਕੇਕ ਲੈ ਕੇ ਆ ਗਿਆ ਘਰੇ, ਅਤੇ ਹੁਣ ਬਸ ਰੈਡੀ ਹੋਣਾ ਵਾ, ਦਿੱਲੀ ਜਾਣਾ ਵਾ। ਦਿੱਲੀ ਕਿਉਂ ਜਾਣਾ? ਕਿਉਂਕਿ ਦੀਦੀ ਆ ਰਹੀ ਆ, ਮੇਰੀ ਸਿਸਟਰ, ਰੀਅਲ ਸਿਸਟਰ, ਕੈਨੇਡਾ ਤੋਂ 5 ਸਾਲ ਬਾਅਦ ਆ ਰਹੀ ਆ। ਅਤੇ ਕਿਉਂ ਆ ਰਹੀ ਆ, ਉਹ ਸਰਪ੍ਰਾਈਜ਼ ਆ, ਇੰਨਾ ਘਿੰਟ ਦੇ ਦਿੰਦਾ ਕਿ ਵਿਆਹ ਆ ਕਿਸੇ ਦਾ, ਤਾਂ ਆ ਰਹੀ ਆ। ਅਤੇ ਬਾਕੀ ਪ੍ਰੋਬਲਮਸ ਬਹੁਤ ਆਈਆਂ ਕਿਉਂਕਿ ਫਲਾਈਟ ਡਿਲੇ ਹੋ ਗਈ ਸੀਗੀ, ਪਹਿਲਾਂ ਕੱਲ੍ਹ ਜਾਣਾ ਸੀ ਲੈਣ, ਪਰ ਅੱਜ ਜਾ ਰਹੇ ਹਾਂ ਡਿਲੇ ਕਰਕੇ। ਅਤੇ ਹੁਣ ਵੇਖਦੇ ਹਾਂ ਪ੍ਰੋਬਲਮਸ ਹੋਰ ਕੀ ਆਉਂਦੀਆਂ, ਕਿਉਂਕਿ ਕਰੋਨਾ ਕਰਕੇ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਨੇ, ਅਤੇ ਨਵੇਂ ਰੂਲਸ ਆ ਗਏ ਨੇ, ਉਹ ਵੀ ਧਿਆਨ ਰੱਖਣਾ ਵਾ, ਤਾਂ ਕਰਕੇ ਦੇਖਦੇ ਹਾਂ। ਬਾਕੀ ਰੈਡੀ ਹੋ ਜਾਈਏ, ਫਿਰ ਮਿਲਦੇ ਹਾਂ। ਹਾਂਜੀ, ਬਾਜ਼ਾਰ 'ਚ ਖੜ੍ਹੇ ਹਾਂ, ਉੱਥੇ ਪਾਸ ਦਾ ਰੌਲਾ ਪੈ ਗਿਆ, ਕਹਿੰਦੇ ਦਿੱਲੀ ਪਾਸ ਜ਼ਰੂਰੀ ਆ, ਅਤੇ ਪਾਸ ਬਣਵਾਉਣ ਲੱਗੇ ਹਾਂ, ਤਿਆਰ ਹੋਏ ਹਨ, ਹਲੇ ਨਾ ਕੁਛ ਟਾਈਮ ਹੋ ਗਿਆ ਚੱਲਣ ਦਾ, ਅਤੇ ਬਾਕੀ ਪਾਸ ਬਣਵਾ ਰਹੇ ਹਾਂ, ਦੇਖਦੇ ਹਾਂ ਪਾਸ ਬਣਾ ਕੇ ਕੁਛ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਆਪਾਂ ਚੱਲੇ ਹਾਂ, ਰੈਡੀ ਹੋ ਗਏ, ਅਤੇ ਨਿਕਲੀਏ ਬਸ। ਲਓ ਜੀ, ਆਪਾਂ ਲੱਗੇ ਹਾਂ ਚੱਲਣ, ਅਤੇ ਬਸ ਘਰੋਂ ਨਿਕਲਣ ਲੱਗੇ ਹਾਂ, ਗੱਡੀ ਤਿਆਰ ਆ, ਅਤੇ ਤੁਹਾਨੂੰ ਜਾ ਕੇ ਮਿਲਦੇ ਹਾਂ।